मोहाली पुलिस ने साबका डीपीआई और उसके बेटे को गिरफ्तार किया है। दोवां ते कबूतरबाजी का इल्जाम है। साबका डीपीआई साधु सिंह रंधावा और उनके बेटे अजरीक सिंह के खिलाफ एक जोड़े ने शिकायत की थी। डीपीआई रंधावा ने आलम सिंह ना मिलके हरकमल कौर की फैमिली बाहर पक्के तौर पर सैटल करने बारे 75 लाख की ठगी मारी उन्होंने, जिस संबंध में मुकदमा नंबर 55/2016 का फेस 8 मोहाली रजिस्टर होया सीगा, जिहदे विच इन्हां नूं असीं परसों गिरफ्तार किया। उधर साबका डीपीआई साधु सिंह ने खोते लगे इल्जामों को बेबुनियाद दस्या। ਇਹ ਨਹੀਂ, ਇਹ ਆਰੋਪ ਹੀ ਹੈ, ਸੱਚਾਈ ਇਹਦੇ ਵਿੱਚ ਕੁਝ ਨਹੀਂ ਹੈ। ਇਹ ਸ਼ਾਮਲ ਪੜਤਾਲ ਹੈ, ਜੋ ਪੁਲਿਸ ਕਰ ਰਹੀ ਹੈ ਉਹ ਸਭ ਕੁਝ ਵਧੀਆ ਕਰ ਰਹੀ ਹੈ। ਪੜਤਾਲ ਜੋ ਜੱਜ ਸਾਹਿਬ ਕਹਿਣਗੇ, ਕੋਰਟ ਦੇ ਵਿੱਚ ਕੇਸ ਚਲਾ ਗਿਆ, ਜੋ ਫੈਸਲਾ ਹੋਏਗਾ ਲਾਗੂ ਹੋ ਜਾਏਗਾ, ਉਹ ਕੱਲ੍ਹ ਨੂੰ ਤੁਹਾਡੇ ਸਾਹਮਣੇ ਆ ਜਾਏਗਾ। ਸਾਧੂ ਸਿੰਘ ਇਲਜ਼ਾਮਾਂ ਨੂੰ ਨਕਾਰ ਰਹੇ ਨੇ, ਜਦਕਿ ਦੂਜੇ ਪੱਖ ਦੀ ਦਲੀਲ ਹੈ ਕਿ ਕੈਨੇਡਾ ਭੇਜਣ ਦੇ ਨਾਮ ਤੇ ਉਹਨਾਂ ਤੋਂ ਮੋਟੀ ਰਕਮ ਵਸੂਲੀ ਗਈ ਅਤੇ ਉਹਨਾਂ ਨੂੰ ਕੈਨੇਡਾ ਵੀ ਨਹੀਂ ਭੇਜਿਆ ਗਿਆ। ਰਵਿੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ, ਮੋਹਾਲੀ। ਤਾਂ ਚੰਗੇ ਭਵਿੱਖ ਦੇ ਲਈ ਅਕਸਰ ਪੰਜਾਬ ਦੇ ਨੌਜਵਾਨ ਸੋਚਦੇ ਨੇ ਕਿ ਉਹ ਬਾਹਰ ਜਾਣ, ਬਾਹਰ ਜਾ ਕੇ ਸੈਟਲ ਹੋਣ, ਪਰ ਅਕਸਰ ਪੰਜਾਬ ਦੇ ਵਿੱਚ ਇਹੋ ਜਿਹੇ ਕਬੂਤਰਬਾਜ਼ੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ, ਅਤੇ ਇਹ ਵੀ ਮਾਮਲਾ ਉਹਨਾਂ ਵਿੱਚੋਂ ਇੱਕ ਹੈ। ਬਿਲਕੁਲ, ਅਤੇ ਅਜਿਹੇ ਦੇ ਵਿੱਚ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ।